ਹਾਂ ਜੀ ਸਾਡਾ ਨਾਮ ਜੀ ਭਾਈ ਨਿਰਮਲ ਸਿੰਘ ਅੱਜ ਅਸੀਂ ਬੱਸ ਦਾ ਹਾਦਸਾ ਹੋਇਆ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹਾਂਗੇ ਸਰਕਾਰ ਦੀਆਂ ਅਣਗਹਿਲੀਆਂ ਜੀ ਇਹ ਸਰਕਾਰ ਜਿਹੜੀ ਆ ਸੜਕਾਂ 'ਤੇ ਸਾਡੇ ਕੋਲ ਅਸੀਂ ਆਪਣਾ ਕੋਈ ਵਹੀਕਲ ਲੈਂਦੇ ਹਾਂ ਅਤੇ ਸਾਡਾ ਉਹਦਾ ਪਹਿਲਾਂ ਹੀ ਟੈਕਸ ਵੀ ਲਿਆ ਜਾਂਦਾ ਸਾਰਾ ਰੋਡ ਟੈਕਸ ਲਿਆ ਜਾਂਦਾ ਹੈ ਅਤੇ ਪਰ ਸੜਕ ਦੇ ਉੱਤੇ ਸਾਨੂੰ ਕੋਈ ਸਹੂਲਤ ਨਹੀਂ ਹੈ ਜਿੱਥੇ ਜਾਓ ਅੰਮ੍ਰਿਤਸਰ ਤੱਕ ਜਾਂਦੇ ਹਾਂ ਅਤੇ ਸੜਕ 'ਤੇ ਹਮੇਸ਼ਾ ਖੱਡੇ ਮਿਲਦੇ ਆ ਇਹ ਵੀ ਸੜਕ ਨੂੰ ਤਕਰੀਬਨ 2 ਮਹੀਨੇ ਹੋ ਗਏ ਬਣਦੀ ਨੂੰ ਇੱਥੇ ਅਤੇ ਰਾਹ ਦੇ ਵਿੱਚ ਅਨੇਕਾਂ ਜਾਵਾਂ 'ਤੇ ਪੁੱਟੀ ਹੋਈ ਆ 5-6 ਕਿਲੋਮੀਟਰ ਦਾ ਟੋਟਾ ਵਾ ਰੋਜ਼ਾਨਾ ਹੀ ਹਾਦਸੇ ਇੱਥੇ ਵਾਪਰਦੇ ਨੇ ਤਕਰੀਬਨ 4-5 ਤੋਂ ਜਿਹੜੇ ਆ ਐਕਸੀਡੈਂਟ ਹੁੰਦੇ ਨੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹਨੂੰ ਪਹਿਲ ਦੇ ਆਧਾਰ 'ਤੇ ਪਹਿਲਾਂ ਸੜਕ ਨੂੰ ਬਣਾਇਆ ਜਾਵੇ ਅਤੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਸੰਗਤ ਦੀ ਜਿਹੜੀ ਬੱਸ ਪਲਟੀ ਹੈ ਇਹਦੇ ਵਿੱਚ ਸਵਾਰੀਆਂ ਕਿੰਨੀਆਂ ਸਨ ਸਵਾਰੀਆਂ ਤਕਰੀਬਨ ਕਿੰਨੀਆਂ 25 ਦੀ ਹੋਣੀਆਂ ਮੈਮ 25 ਸਵਾਰੀਆਂ ਹੈਗੀਆਂ ਜੀ ਕਿੱਥੇ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਅੰਮ੍ਰਿਤਸਰ ਉਹਨਾਂ ਨੂੰ ਅਮਨ ਹਸਪੀਟਲ ਹੈ ਉੱਥੇ ਆ ਕੁਝ ਹੋਰ ਇੱਦਾਂ ਜਿੱਥੇ ਜਿੱਥੇ ਲੈ ਗਏ ਹੁਣ ਆਪਣੇ ਐਂਬੂਲੈਂਸ ਵਾਲੇ ਲੇਡੀ ਸਵਾਰੀਆਂ ਨੂੰ ਜ਼ਿਆਦਾ ਛੱਟਾਂ ਵਾ ਨੌਜਵਾਨ ਜਿਹੜੇ ਆਈ ਮਰਦ ਉਹ ਤਾਂ ਚਲੇ ਗਏ ਉਹ ਆਪਣੇ ਬਾਅਦ ਚ ਹੈਗਾ ਉਹਨਾਂ ਦਾ ਹਾਂਜੀ ਮਾਮੂਲੀ ਛੱਟਾਂ ਜਾ ਕੁਝ ਸੀਰੀਅਸ ਮਰੀਜ਼ ਜਿਹੜੇ ਆ ਉਹ ਚਲੋ ਨੌਜਵਾਨਾਂ ਦੀ ਮਦਦ ਨਾਲ ਕੱਢ ਕੇ ਉਹਨਾਂ ਨੂੰ ਜਲਦੀ ਜਿਹੜਾ ਅੰਮ੍ਰਿਤਸਰ ਪਹੁੰਚਾ ਦਿੱਤਾ ਗਿਆ ਕੀ ਮੰਗ ਕਰਦੇ ਹੋ ਮੰਗ ਇਹੀ ਹੈ ਸਾਡੀ ਸਰਕਾਰ ਤੋਂ ਇਹ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਸਾਡਾ ਨਗਰ ਜਿਹੜਾ ਬਿਲਕੁਲ ਪਿੰਡ ਅੱਧਾ ਉੱਧਰ ਅੱਧਾ ਉੱਧਰ ਆ ਇੱਥੇ ਅਨੇਕਾਂ ਹਾਦਸੇ ਜਿਹੜੇ ਰੋਜ਼ਾਨਾ ਵਾਪਰਦੇ ਆ ਅਤੇ ਆਵਾਜਾਈ ਬੜੀ ਹੁੰਦੀ ਆ ਇੱਕ ਕੱਟ ਆ ਕੱਟਦਾ ਕਰਨ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹਨੂੰ ਜਿਹੜਾ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਅਤੇ ਜਿਹੜੇ ਮਹਿਕਮੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇੰਨਾ ਕੰਮ ਜਿਹੜਾ ਹੌਲੀ ਤੋਂ ਚੱਲ ਰਿਹਾ ਇਸ ਵਾਸਤੇ ਆਪਣਾ ਹੀ ਕਰ ਰਿਹਾ ਠੀਕ ਹੈ ਜੀ ਅਤੇ ਜਦੋਂ ਇਹ ਬੱਸ ਦਾ ਖੜਾਕ ਸੁਣਿਆ ਸਭ ਤੋਂ ਆਪਾਂ ਫਸਟ ਆਪਾਂ ਹੀ ਪਹੁੰਚੇ ਉੱਥੇ ਸਭ ਤੋਂ ਇੱਕ ਫਸਟ ਲੇਡੀ ਸੀ ਜਿੱਥੇ 15-20 ਜਣੇ ਉੱਪਰ ਗਿਰੇ ਹੋਏ ਸੀ ਜਿਹੜਾ ਆਪਾਂ ਸ਼ੀਸ਼ਾ ਤੋੜ ਕੇ ਉਸ ਲੇਡੀ ਨੂੰ ਬਾਹਰ ਕੱਢਿਆ ਠੀਕ ਹੈ ਜੀ ਉਹ ਤੋਂ ਹਲਕਾ ਹਲਕਾ ਕਰਕੇ ਆਪਾਂ ਸਾਰੇ ਸ਼ੀਸ਼ੇ ਤੋੜ ਕੇ ਸਾਡੇ ਪਿੰਡ ਵਾਲਿਆਂ ਨੇ ਸਾਥ ਦਿੱਤਾ ਅਤੇ ਆਪਾਂ ਇਹ ਬੱਸ ਨੂੰ ਹਲਕਾ ਕਰਕੇ ਸਾਰੀਆਂ ਸਵਾਰੀਆਂ ਜਾਨ ਬਚਾਈ ਠੀਕ ਹੈ ਜੀ ਉਹ ਬੱਸ ਕਿਸ ਤਰੀਕੇ ਨਾਲ ਪਲਟੀ ਕਿਹੜਾ ਨਹੀਂ ਆਪਾਂ ਅੰਦਰ ਕੰਮ ਕਰ ਰਹੇ ਹਾਂ ਸਵਾਰੀਆਂ ਸਾਰੀਆਂ ਠੀਕ ਨੇ ਹਾਂ ਬਿਲਕੁਲ ਓਕੇ ਆ ਇੱਕ ਸਵਾਰੀ ਦੀ ਨਾਜ਼ੁਕ ਦੱਸਣ ਰਿਹਾ ਜੀ ਲਾਸਟ ਆਪਾਂ ਕੱਢੀ ਆ ਉਹਦਾ ਆਪਾਂ ਕੁਝ ਨਹੀਂ ਕਹਿ ਸਕਦੇ 50-50 ਕਹਿ ਸਕਦੇ ਹਾਂ ਇਹ ਤੋਂ ਵੱਧ ਆਪਾਂ ਕੁਝ ਨਹੀਂ ਕਹਿ ਸਕਦੇ ਬਾਕੀ ਸਵਾਰੀਆਂ ਓਕੇ ਆ ਹਾਂਜੀ ਸਰ ਜਿਹੜਾ ਬੱਸ ਪਲਟੀ ਹੈ ਕਦੋਂ ਤੁਹਾਨੂੰ ਸੂਚਨਾ ਮਿਲੀ ਅਤੇ ਕੀ ਇਹ ਬੱਸ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀਗੀ ਇੱਥੇ ਪਹੁੰਚ ਕੇ ਬੱਸ ਦਾ ਜਿਹੜਾ ਟਾਇਰ ਜਿਹੜਾ ਰਾਈਟ ਸਾਈਡ ਵਾਲਾ ਫਰੰਟ ਵਾਲਾ ਉਹ ਅਚਾਨਕ ਬ੍ਰਸ਼ ਕਰ ਗਿਆ ਜਿਹਦੇ ਕਰਕੇ ਜਿਹੜੀ ਹੈ ਬੱਸ ਜਿਹੜੀ ਹੈ ਡਿਵਾਈਡਰ ਦੇ ਉੱਤੇ ਪਲਟ ਗਈ ਸਰ ਕਿੰਨੀਆਂ ਕੁ ਸਵਾਰੀਆਂ ਸਨ ਸਵਾਰੀਆਂ ਇਹ 'ਚ ਲਗਭਗ 25-30 ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ 12-15 ਸਵਾਰੀਆਂ ਇੰਜਰਡ ਹੋਈਆਂ ਨੇ ਅਤੇ 6-7 ਸਵਾਰੀਆਂ ਜਿਹੜੀਆਂ ਜ਼ਿਆਦਾ ਇੰਜਰਡ ਅਤੇ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਗਿਆ ਉਹਨਾਂ ਨੂੰ ਹਸਪੀਟਲ ਅੰਮ੍ਰਿਤਸਰ ਰੈਫਰ ਕੀਤਾ ਅਤੇ ਸਰ ਜਿਹੜਾ ਡਰਾਈਵਰ ਸੀ ਉਹ ਕੰਡਕਟਰ ਸੀ ਉਹ ਵੀ ਸਾਰੇ ਇੱਥੇ ਕੋਈ ਕੈਜੂਅਲਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਅਤੇ ਹਸਪੀਟਲ ਤੋਂ ਅਜੇ ਕੋਈ ਇਨਫੋਰਮੇਸ਼ਨ ਅਥੈਂਟੀਕੇਟਡ ਆਈ ਨਹੀਂ